ਅ ਕੁਝ ਕਨਾ ਵੀਰੋ ਹੈਰਾਨੀ ਜਨਕ ਗੱਲਾਂ ਰਹੀਆਂ ਸੀਗੀਆਂ ਜਿਹੜੇ ਹਰਜੋਤ ਨੇ ਮੈਨੂੰ ਬਾਅਦ ਦੱਸਿਆ ਨੇ ਵੀਡੀਓ ਤੋਂ ਵੀਡੀਓ ਤੋਂ ਤੇ ਤੁਸੀਂ ਆਪ ਵੀ ਹੈਰਾਨ ਹੋ ਜਾਓਗੇ ਹਰਜੋਤ ਅ ਜਿਹੜੀ ਵੈਸੇ ਆਪ ਤੁਹਾਨੂੰ ਸਾਰਾ ਕੁਝ ਵਿੱਚ ਵੀਡੀਓ ਤੇ ਲਾ ਕੇ ਦਿਖਾ ਦਾਂਗੇ ਇਹ ਜਿਹੜੀ ਤੁਹਾਡੀ ਚਾਰ ਸੀਟ ਹੈ ਕਿੰਨੇ ਪੇਜਾਂ ਦੀ ਆ 3205 ਪੇਜਾਂ ਦੀ ਕਹਿੰਦੇ ਆ 3205 ਪੇਜਾਂ ਦੀ ਜਿਹੜੀ ਚਾਰ ਸੀਟ ਹੈ ਆਹ ਸੀੜੀਆਂ ਨੇ ਹਨਾ ਦੋ ਸੀੜੀਆਂ ਬਾਈ ਜੀ ਦੋ ਸੀੜੀਆਂ ਲਾਈਆਂ ਨਗੀਆਂ ਜਿਹੜੀ ਜਦੋਂ ਕਿ ਹਰਜੋਤ ਦੀ ਪੁਸਤਕ ਸਕੂਨਦੀ ਸੀਗੀ ਉਹ ਬਕਾਇਦਾ ਤੌਰ ਤੇ ਉਹਨੇ ਵੀਡੀਓਗ੍ਰਾਫੀ ਸਾਰਾ ਕੁਝ ਨਾਲ ਲਾਇਆ ਹਰਜੋਤ ਉਹ ਹਨਾ ਉਦੋਂ ਕੈਮਰੇ ਚੱਲਦੇ ਸੀਗੇ ਐਫ ਆਰ ਆਈ ਐਫ ਆਰ ਆਈ ਜਿਹੜੀ ਤੇਰੀ ਸੀਗੀ ਕਿੰਨੇ ਪੇਜਾਂ ਦੀ ਸੀ ਉਹ 30 ਪੇਜਾਂ ਦੀ ਐਫ ਆਰ ਆਈ 30 ਪੇਜਾਂ ਦੀ ਬੀਰੋ ਭੈਣੋ ਭਰਾਓ ਐਫ ਆਰ ਆਈ ਤੁਸੀਂ ਇਹ ਦੇਖ ਲਓ ਵੀ ਆਮ ਇੱਕ ਜਾਂ ਦੋ ਪੇਜਾਂ ਦੀ ਹੁੰਦੀ ਹੈ ਵੀ ਕੀ ਕੁਛ ਨਹੀਂ ਜਿਹੜਾ ਦਿੱਲੀ ਪੁਲਿਸ ਨੇ ਸਾਡੇ ਨੌਜਵਾਨਾਂ ਨਾਲ ਸਾਡੇ ਲੋਕਾਂ ਨਾਲ ਕੀਤਾ ਉਹ ਦਿੱਲੀ ਪੁਲਿਸ ਉਹ ਹੈ ਕੀ ਦੀ ਸੀਗੀ ਉਹ ਦਿੱਲੀ ਪੁਲਿਸ ਮੋਦੀ ਦੀ ਜਿਹੜੇ ਮੋਦੀ ਦੀ ਜਿਹੜੀ ਆਪਾਂ ਗੱਲਾਂ ਕਰਦੇ ਆ ਇਹਨੇ ਆਪਣੇ ਉਹ ਪੁਲਿਸ ਨਹੀਂ ਕਹਿ ਸਕਦੇ ਉਹਨੂੰ ਉਹ ਦਿੱਲੀ ਪੁਲਿਸ ਦੇ ਆਰਐਸਐਸ ਦੇ ਬੰਦੇ ਨੇਗੇ ਜਿਹੜੇ ਕਿ ਵੱਡੇ ਆਪਣਾ ਆਈਪੀਐਸ ਅਫਸਰ ਪੀਸੀਐਸ ਅਫਸਰ ਜਾਂ ਵੱਡੇ ਰੈਂਕ ਦੇ ਬੰਦੇ ਨੇ ਉਹ ਆਰਐਸਐਸ ਨੇ ਆਪਣੇ ਬੰਦੇ ਬਿਠਾਏ ਹੋਏ ਨੇ ਜਿਹੜੇ ਪੰਜਾਬ ਦੇ ਵਿੱਚ ਵੀ ਆ ਚੁੱਕੇ ਨੇ ਜਿਹੜੇ ਪੰਜਾਬ ਦੇ ਅਹੁਦੇ ਦੇ ਉੱਪਰ ਵੀ ਨੇਗੇ ਉਹ ਜਿਹੜੇ ਇਹੋ ਜਿਹੇ ਸਾਡੇ ਨੌਜਵਾਨਾਂ ਨੂੰ ਵੀ ਬਾਹਰ ਨਾ ਨਿਕਲ ਸਕਣ ਇਹ ਜਵਾਨਤਨਾ ਕਰਾ ਸਕਣ ਜਵਾਨਤ ਦੇ ਜਵਾਨਤ ਦੇ ਪਿੱਛੇ ਜਿਹੜੀ ਕਰਾਉਣ ਦੇ ਪਿੱਛੇ ਉਹਨਾਂ ਨੇ ਕੀ ਕੁਝ ਨਹੀਂ ਜਿਹੜਾ ਆਪਣਾ ਲਾਇਆ ਜਵਾਨਤ ਖਾਰਜ ਨਾ ਕਰਾ ਵੀ ਜਿਹੜਾ ਜਵਾਨਤ ਨਾ ਹੋ ਜੇ ਖਾਰਜ ਕਰਾਉਣ ਲਈ ਆਪਣਾ ਪੂਰਾ ਜਿਹੜਾ ਬਾਤ ਆ ਉਹਨਾਂ ਨੇ ਲਾਇਆ ਇਹ ਜਿਹੜੀ ਚਾਰ ਸੀਟ ਐਡੀ ਵੱਡੀ ਬਣਾਉਣੀ ਐਫਆਰ ਇੰਨੀ ਕਰਨੀ ਸੀੜੀਆਂ ਇਹ ਕਰਨੀਆਂ ਇਹ ਸਾਰੀਆਂ ਲੋਕਾਂ ਨੂੰ ਗੱਲਾਂ ਸਮਝ ਜਾਣੀਆਂ ਚਾਹੀਦੀਆਂ ਨੇ ਕਿ ਆ ਵੀ ਕੱਲਾ ਸਾਡਾ ਮੋਦੀ ਨਹੀਂ ਦੁਸ਼ਮਣ ਮੋਦੀ ਤੋਂ ਦੁਸ਼ਮਣ ਸਾਡੇ ਜਿਹੜੇ ਪੰਜਾਬ ਦੇ ਰਾਜਨੀਤਿਕ ਲੀਡਰ ਤੁਸੀਂ ਆਪਾਂ ਕਹਨੇ ਆ ਵੀ ਆਹ ਨਾ ਮੋਦੀ ਦੇ ਭਗਤ ਨੇ ਮੋਦੀ ਦੇ ਸਭ ਤੋਂ ਵੱਡੇ ਭਗਤ ਪਤਾ ਕੌਣ ਨੇ ਪੰਜਾਬ ਦੇ ਜਿਹੜੇ ਆਹੀ ਜਿਹੜੇ ਨਵਜੋਤ ਸਿੰਘ ਸਿੱਧੂ ਵਰਗੇ ਜਾਂ ਬਾਦਲ ਪਰਿਵਾਰ ਜਾਂ ਕੈਪਟਨ ਵਰਗੇ ਜਿੰਨੇ ਇਹ ਵੱਡੇ ਬੰਦੇ ਨੇ ਸਾਰੇ ਜੋ ਮੋਦੀ ਆਪਦੀ ਜੁੱਤੀ ਥਲੇ ਰੱਖਦਾ ਉਹਨਾਂ ਨੂੰ ਆਪਦੀ ਜੁੱਤੀ ਥਲੇ ਜੁੱਤੀ ਥੱਲੇ ਰੱਖਦਾ ਕਿਵੇਂ ਜੁੱਤੀ ਥੱਲੇ ਰੱਖਦਾ ਇਹ ਕਦੇ ਉਸ ਅੱਗੇ ਨਹੀਂ ਬੋਲ ਸਕਦੇ ਜਿਹੜੀਆਂ ਅਸੀਂ ਗੱਲਾਂ ਨੇ ਨੇ ਸਾਰੇ ਉਹਦੇ ਭਗਤ ਨੇ ਕਿ ਸਾਰੇ ਜਿਵੇਂ ਆਪਾਂ ਕਹਿਣਾ ਵੀ ਇਹ ਕੰਪਨੀਆਂ ਦੇ ਬੰਦੇ ਨੇ ਸਾਰੇ ਹੁਣ ਅੱਜ ਇਸ ਟਾਈਮ ਆ ਜਿਹੜੇ ਪੂਰੇ ਭਾਰਤ ਨੂੰ ਕੌਣ ਚਲਾ ਰਿਹਾ ਜਿਹੜੇ ਸਾਡੇ ਜਿਹੜਾ ਸਾਡਾ ਪੂਰਾ ਖੇਤੀ ਇੰਡਸਟਰੀ ਕੌਣ ਕਬਜ਼ੇ 'ਚ ਕਰਨਾ ਜਾਂਦੇ ਕੰਪਨੀਆਂ ਕੰਪਨੀਆਂ ਹੁਣ ਮੋਦੀ ਕਿਹਦਾ ਬੰਦਾ ਹੈ ਮੋਦੀ ਭਾਜਪਾ ਦਾ ਬੰਦਾ ਨਹੀਂ ਹੈਗਾ ਮੋਦੀ ਬੰਦਾ ਹੈਗਾ ਕੰਪਨੀਆਂ ਦਾ ਆਰਐਸਐਸ ਦਾ ਬੰਦਾ ਹੈ ਹੋ ਸਕਦਾ ਹੈ ਭਾਜਪਾ ਦੇ ਵਿੱਚ ਕੋਈ ਬੰਦੇ ਚੰਗੇ ਵੀ ਹੋਣ ਜਿਹੜੇ ਪਰ ਮਾਲਾ ਤੋਂ ਉਹਨਾਂ ਦੀ ਫੜੀ ਬੈਠੇ ਨਿੰਗਣਾ ਤਾਂ ਕਰਕੇ ਲੋਕ ਉਹਨਾਂ ਦੇ ਕੱਪੜੇ ਹੀ ਪਾੜ ਦੇਣਾ ਨਾ ਬੰਦਰੋਹ ਵੀ ਕਰਦੇ ਨੇਗੇ ਇਹ ਜਿਹੜਿਆ ਅੱਜ ਜਿਹੜਾ ਭਾਰਤ ਤੋਂ ਕੰਪਨੀਆਂ ਇਹੇਠਾ ਆਰਐਸਐਸ ਦੇ ਥੱਲੇ ਆ ਕੋਈ ਕਿਸੇ ਤਾਮ ਦੀ ਆਜ਼ਾਦੀ ਨਹੀਂ ਕਿਸੇ ਨੂੰ ਕੋਈ ਬੋਲਣ ਦੀ ਆਜ਼ਾਦੀ ਨਹੀਂ ਗੱਲ ਕਰਨ ਦੀ ਆਜ਼ਾਦੀ ਨਹੀਂ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਸਾਰਾ ਕੁਝ ਆ ਤਾਂ ਜਿਹੜਾ ਜਹਾ ਕੁਝ ਕੀਤਾ ਗਿਆ ਹਨਾ ਵੀ ਐਡੇ-ਐਡੇ ਚਾਰ ਸੀਟਾਂ ਬਣਾਉਣੀਆਂ ਇੰਨਾ ਇੰਨਾ ਲੰਮਾ ਸਮਾਂ ਸਮਾਂ ਪੁੱਛਗਿਛ ਪੁੱਛਗਿਛ ਚਾਰ ਚਾਰ ਦਿਨ ਤੇਰੀ ਪੁੱਛਗਿਛ ਚੱਲਦੀ ਰਹੀ ਆ ਸਵੇਰੇ ਹੁਣ ਜਦੋਂ ਅਸੀਂ ਲੱਖੇ ਨਾਲ ਜਾਂਦੇ ਰਹੇ ਆ ਅਸੀਂ ਜਾਂਦੇ ਰਹੇ ਆ ਸਵੇਰੇ 9 ਵਜੇ ਬਿਠਾ ਲੈਂਦੇ ਸ਼ਾਮ ਨੂੰ 7 ਵਜੇ 8 ਵਜੇ ਕੱਢਦੇ ਹੋ ਜੇ ਜੀ ਕਰਦਾ ਪੰਨ ਦਾ ਕਲਾਸ ਦੇਤਾ ਮਾੜੀ ਮੋਟੀ ਚਾਹ ਦਿੱਤੀ ਨਹੀਂ ਭੁੱਖੇ ਤੇ ਆਉਂ ਮੇਰੇ ਕੋਲ ਬੈਠੇ ਰਹਿੰਦੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਚੀਜ਼ਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਕੱਲੇ ਇਕੱਲੇ ਬੱਚੇ ਨੂੰ ਕੱਲੇ-ਕੱਲੇ ਨੌਜਵਾਨ ਨੂੰ ਕੱਲੇ-ਕੱਲੇ ਬਜ਼ੁਰਗ ਨੂੰ ਇਹ ਗੱਲਾਂ ਉਹਰੇ ਸਮਝਣਾ ਪੈਣਾ ਤਾਂ ਜਿਹੜਾ ਸਾਡਾ ਪੰਜਾਬ ਹੈ ਆਪਣਾ ਤਰੱਕੀ ਦੇ ਰਾਹ ਤੇ ਤਾਂ ਕਿਹੜਾ ਪੰਜਾਬ ਦਾ ਮਣਾ ਮੋਟਾ ਕੁਝ ਬਚ ਸਕਦਾ ਤਰੱਕੀ ਤਾਂ ਬੜੀ ਦੂਰ ਦੀ ਗੱਲ ਹੈ ਪੰਜਾਬ ਨੂੰ ਬਚਾਉਣ ਦੀ ਗੱਲ ਹੈ ਇਸ ਟਾਈਮ ਤਾਂ ਬਚਾਉਣ ਦੀ ਗੱਲ ਹੈ ਵੀ ਆਪਾਂ ਬਚਾਉਣਾ ਕਿਵੇਂ ਆ ਪੰਜਾਬ ਨੂੰ ਕਿਉਂਕਿ ਜਿਹੜੇ ਬੰਦੇ ਨੇ ਇਹ ਤਲਵੇ ਚੜਦੇ ਆ ਨਾ ਮੋਦੀ ਦੇ ਉਹ ਕਰਾਪਟਾ ਪਤਾ ਮੋਦੀ ਚੱਕ ਕੇ ਪਰਚਾ ਦਊਗਾ ਜਾਂ ਕੁਝ ਕਈ ਬੰਦੇ ਸਹੀ ਵੀ ਹੈਗੇ ਆਪਾਂ ਸਾਰਿਆਂ ਨੂੰ ਕਰਾਪਟ ਨਹੀਂ ਕਹਿੰਦੇ ਆਪਾਂ ਵੀ ਕਈ ਚੰਗੇ ਬੰਦੇ ਹੈਗੇ ਪਰ ਉਹਨਾਂ ਨੂੰ ਉਹਨਾਂ ਦੀ ਆਵਾਜ਼ ਦਬਾਈ ਜਾਂਦੀ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਕਿਸੇ ਨਾ ਕਿਸੇ ਚੱਕਰ ਦੇ ਵਿੱਚ ਉਹਨਾਂ ਨੂੰ ਚੁੱਪ ਕਰਾ ਕੇ ਰੱਖਦੇ ਆ ਹਾਂ ਧੰਨਵਾਦ ਹਰਜੋਤ ਤੇਰਾ ਬਹੁਤ ਬਹੁਤ ਠੀਕ ਹੈ ਬਾਈ ਬਹੁਤ ਧੰਨਵਾਦ